ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਹ ਬਣ ਕੇ। ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾ ਵੀ ਤਾਂ ਦੇ ਨੱਚਣ ਲਈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਦੇ ਉੱਪਰ। ਅੱਜ ਅਸੀਂ ਆਧੁਨਿਕ ਪੰਜਾਬੀ ਕਾਵਿ ਦੇ ਇੱਕ ਅਜਿਹੇ ਸ਼ਾਇਰ ਦੇ ਬਾਰੇ ਗੱਲ ਕਰਾਂਗੇ, ਜਿਸਨੇ ਆਪਣੀ ਕਵਿਤਾ ਦੀ ਰਵਾਨਗੀ ਅਤੇ ਤਾਜ਼ਗੀ ਦੇ ਰਾਹੀਂ ਪੰਜਾਬੀ ਕਾਵਿ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਸੁਰਜੀਤ ਪਾਤਰ ਹੁਰਾਂ ਜੀ ਬਾਰੇ ਜੀ ਦੇ ਬਾਰੇ ਗੱਲ ਕਰਾਂਗੇ। ਵਰਤਮਾਨ ਸਦੀ ਦੇ ਅੰਤਿਮ ਦੋ ਦਹਾਕਿਆਂ ਵਿੱਚ ਸ਼ਿਵ ਕੁਮਾਰ ਦੀ ਤਰ੍ਹਾਂ ਸੁਰਜੀਤ ਪਾਤਰ ਦੀ ਕਵਿਤਾ ਨੇ ਆਪਣੇ ਵੱਲ ਵਧੇਰੇ ਧਿਆਨ ਆਕਰਸ਼ਿਤ ਕੀਤਾ ਹੈ। ਉਸਨੂੰ ਮੋਹਨ ਸਿੰਘ, ਸ਼ਿਵ ਕੁਮਾਰ, ਹਰਭਜਨ ਸਿੰਘ ਦੀ ਪ੍ਰਗੀਤਿਕ ਧਾਰਾ ਦਾ ਆਪਣੇ ਸਮੇਂ ਦਾ ਪ੍ਰਤੀਨਿਧ ਕਵੀ ਕਰਕੇ ਜਾਣਿਆ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਦੇ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਵਿੱਚ ਹੁੰਦਾ, ਜਿਹੜਾ ਬਾਅਦ ਦੇ ਵਿੱਚ ਉਹਨਾਂ ਦੇ ਨਾਮ ਦੇ ਨਾਲ ਵੀ ਤਖਲਸ ਵੀ ਲੱਗਦਾ। ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੇ ਕਹਿਣ 'ਤੇ ਉਹਨਾਂ ਆਪਣੇ ਪਿੰਡ ਦਾ ਇਹ ਨਾਮ ਤੋਂ ਹੀ ਆਪਣਾ ਤਖਲਸ ਪਾਤਰ ਰੱਖ ਲਿਆ, ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ ਪੱਤਰ ਸ਼ਬਦ ਦੀ ਵਰਤੋਂ ਕਰਦੇ ਸਨ। ਪਾਤਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ MA, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ PhD ਕੀਤੀ, ਜਿਸ ਦਾ ਵਿਸ਼ਾ ਟ੍ਰਾਂਸਫੋਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਸੀ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਇੱਕ ਅਧਿਆਪਕ ਵਜੋਂ ਨਿਯੁਕਤ ਹੋ ਗਏ। ਇੱਥੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ 'ਤੇ ਸੇਵਾ ਮੁਕਤ ਹੋਏ ਅਤੇ 2002 ਦੇ ਕਰੀਬ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ 'ਤੇ ਰਹਿੰਦੇ ਹਾਂ। ਉਹਨਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸਾਹਿਤਕ ਸਰਗਰਮੀਆਂ ਦਾ ਗੜ੍ਹ ਬਣਾ ਦਿੱਤਾ। 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਹਿਤਕ ਅਕਾਡਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ ਹੈ ਅਤੇ 2013 ਵਿੱਚ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ 'ਤੇ ਨਾਮਜ਼ਦ ਕੀਤਾ ਹੈ ਅਤੇ ਅੱਜ ਕੱਲ੍ਹ ਉਹ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਦੇ ਅਹੁਦੇ 'ਤੇ ਨੇ ਅਤੇ ਨਾ ਪਾਤਰ ਪਿੰਡਾਂ ਵਿੱਚ ਪਲਿਆ ਅਤੇ ਪੇਂਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਸਨੇ ਆਪਣੇ ਪਿੰਡ ਪਾਤਰ ਨੂੰ ਆਪਣੇ ਨਾਂ ਨਾਲ ਜੋੜ ਲਿਆ, ਜਿਹੜਾ ਘਸ ਘਸਾ ਕੇ ਪਾਤਰ ਬਣ ਗਿਆ। ਸੁਰਜੀਤ ਪਾਤਰ ਲਾਤੀਨੀ ਅਮਰੀਕਾ ਦੇ ਕੋਲੰਬੀਆ ਵਿੱਚ ਪੈਂਦੇ ਮੈਦਿਆਨ ਸ਼ਹਿਰ ਵਿੱਚ ਇੱਕ ਕਵਿਤਾ ਉਤਸਵ ਵਿੱਚ ਸ਼ਿਰਕਤ ਕਰਨ ਗਿਆ ਸੀ। ਉੱਥੇ ਉਸਦੀ ਦਾੜ੍ਹੀ ਪਗੜੀ ਦੇਖ ਕੇ ਇੱਕ ਸਪੇਨੀ ਬੱਚੇ ਨੇ ਉਸਨੂੰ ਜਾਦੂਗਰ ਸਮਝ ਲਿਆ ਸੀ, ਜਿਸ ਬਾਰੇ ਉਹਨਾਂ ਨੇ ਇੱਕ ਨਜ਼ਮ ਵੀ ਲਿਖੀ ਸੀ, ਸ਼ਬਦਾਂ ਦਾ ਜਾਦੂਗਰ। ਜੇਕਰ ਮਾਣ ਸਨਮਾਨ ਦੀ ਗੱਲ ਕਰੀਏ ਤਾਂ ਸੁਰਜੀਤ ਪਾਤਰ ਹੋਰਾਂ ਨੂੰ 1993 ਦੇ ਵਿੱਚ ਹਨੇਰੇ ਵਿੱਚ ਸੁਰਗ ਦੀ ਵਰਨਵਾਲਾ ਦੇ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੁੰਦਾ ਅਤੇ 1999 ਦੇ ਵਿੱਚ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ 5 ਆਨੰਦ ਪੁਰਸਕਾਰ ਇਹਨਾਂ ਨੂੰ ਪ੍ਰਾਪਤ ਹੁੰਦਾ ਅਤੇ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਿਲੋਸਫੀ ਓਨਰਜ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਅਤੇ 2012 ਦੇ ਵਿੱਚ ਭਾਰਤ ਦੇ ਸਰਵਉੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ
ਦੇ ਨਾਲ ਇਹਨਾਂ ਨੂੰ ਨਵਾਜਿਆ ਜਾਂਦਾ 2012 ਦੇ ਵਿੱਚ, ਅਤੇ ਲਫਜ਼ਾਂ ਦੀ ਦਰਗਾਹ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਂਦਾ। ਅਤੇ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕਾਵਿ ਸੰਗ੍ਰਹਿ ਇਹਨਾਂ ਦੇ ਹੁਣ ਤੱਕ ਛਪ ਚੁੱਕੇ ਨੇ। ਕਾਵਿ ਸੰਗ੍ਰਹਿ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਗਾ ਜੀ ਹਵਾ ਵਿੱਚ ਲਿਖੇ ਹਰਫ, ਉਸ ਤੋਂ ਬਾਅਦ ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੀ ਵਰਨਵਾਲਾ, ਲਫਜ਼ਾਂ ਦੀ ਦਰਗਾਹ, ਪਤਝੜ ਦੀ ਪੰਜੇਬ, ਸੁਰ ਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਇਹ ਕਾਵਿ ਸੰਗ੍ਰਹਿ ਨੇ। ਅਤੇ ਕੁਝ ਅਨੁਵਾਦ ਵੀ ਕੀਤਾ ਇਹਨਾਂ ਨੇ ਜਿਹਦੇ ਵਿੱਚ ਸਪੇਨੀ ਲਿਖਿਆ ਲੋਰਕਾ ਦੇ 3 ਦੁਖਾਂਤ, ਅੱਗ ਦੇ ਕਲੀਰੇ, ਬਲੱਡ ਵੈਡਿੰਗ, ਸਯੋਨੀ ਮੈਂ ਅੰਤਹੀਨ, ਤਰਕਾਲਾ, ਜੇਰਮਾ, ਹੁਕਮੀ ਦੀ ਹਵੇਲੀ, ਲਾ ਕਾਸਾ ਡੇ ਬਰਨਾਲਡਾ ਅਲਬਾ, ਨਾਗਮੰਡਲ, ਬ੍ਰੈਕਟ ਅਤੇ ਨੈਰੂਦਾ ਦੀਆਂ ਕਵਿਤਾਵਾਂ, ਮੇਰੇ ਸ਼ਹਿਰ ਦੀ ਪਾਗਲ ਔਰਤ, ਇਹਨਾਂ ਨੇ ਅਨੁਵਾਦ ਕੀਤੇ ਨੇ ਸੁਰਜੀਤ ਪਾਤਰ ਹੋਰਾਂ ਨੇ। ਅਤੇ ਉਹਨਾਂ ਦੀ ਕਵਿਤਾ ਦੇ ਬਾਰੇ ਗੱਲ ਕਰੀ ਤਾਂ ਸੁਰਜੀਤ ਪਾਤਰ ਆਪਣੇ ਸਮੇਂ ਦੀ ਪ੍ਰਗੀਤਿਕ ਧਾਰਾ ਦਾ ਇੱਕ ਪ੍ਰਤੀਨਿਧ ਕਵੀ ਦੇ ਤੌਰ 'ਤੇ ਉੱਭਰਦਾ। ਉਸਦੀ ਕਵਿਤਾ ਵਿੱਚ ਪ੍ਰਗੀਤਿਕ ਰੰਗ ਬੜਾ ਵਿਆਪਕ ਹੈ, ਅਤੇ ਉੱਥੇ ਹੀ ਉਸਦੀ ਕਵਿਤਾ ਦੇ ਵਿੱਚ ਵਿਚਲਾ ਬੌਧਿਕ ਕਟਾਕਸ਼ ਅਤੇ ਵਿਅੰਗ, ਸਮਕਾਲੀ ਜੀਵਨ ਦੇ ਚੁਗਿਰਦੇ ਵਿੱਚੋਂ ਲਏ ਗਏ ਬਿੰਬ ਮਨੁੱਖੀ ਚੇਤਨਤਾ ਨੂੰ ਹਲੂਣ ਵਾਲੇ ਹਨ। ਪਾਤਰ ਕੋਲ ਸੂਖਮ ਅਤੇ ਸੋਜਾਤਮ ਸ਼ਬਦਾਵਲੀ ਹੈ ਅਤੇ ਕਲਾ ਦੀ ਪ੍ਰਵੀਨਤਾ ਮੌਜੂਦ ਹੈ। ਪਾਤਰ ਨੇ ਕਵਿਤਾ, ਗੀਤ, ਗਜ਼ਲ ਤਿੰਨੇ ਕਾਵਿ ਰੂਪਾਂ ਦੇ ਵਿੱਚ ਰਚਨਾ ਕੀਤੀ ਹੈ। ਅਤੇ ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫ਼ੀ ਅਤੇ ਸਮਾਜਿਕ ਜਟਿਲ ਸਮੱਸਿਆਵਾਂ ਨੂੰ ਪਾਰਦਰਸ਼ੀ ਰੂਪ ਵਿੱਚ ਕਲਮਬੱਧ ਕੀਤਾ ਹੈ। ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਅਤੇ ਪੰਜਾਬੀ ਰੰਗ ਵਾਲੀ ਪਛਾਣ ਦਵਾਉਣ ਦਾ ਸਿਹਰਾ ਵੀ ਉਸ ਨੂੰ ਜਾਂਦਾ ਹੈ। ਜਿਵੇਂ ਕਿ ਉਹਦੇ ਕਵਿਤਾ ਦੇ ਗਜ਼ਲ ਦਾ ਇੱਕ ਸ਼ੇਰ ਹੈ, ਕੁਛ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।